ਸਭ ਤੋਂ ਪਹਿਲੇ ਤੇ ਪਿਤਾ ਜੀ ਦੇ ਸ਼ੁਕਰਾਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਨੇ ਆ ਸਮਾਂ ਬਣਾਇਆ ਭਾਈ। ਦੂਸਰਾ, ਜਲੰਧਰ ਦੀਆਂ ਸੰਗਤਾਂ ਦੇ ਉਤਸ਼ਾਹ ਨੂੰ ਨਮਸਕਾਰ। ਐਡਾ ਭਾਰੀ ਇਕੱਠ, ਐਡਾ ਭਾਰੀ ਪਿਆਰ ਆਪ ਜੀ ਦਾ। ਸਤਿਗੁਰੂ ਇਸੇ ਤਰ੍ਹਾਂ ਹੀ ਆਪ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਪਿਆਰ ਬਖਸ਼ਣ। ਤੀਸਰਾ, ਮੀਰੀ ਪੀਰੀ ਖਾਲਸਾ ਜਗਾਦਰੀ ਜਥਾ ਬਹੁਤ ਰੰਗ ਵਿੱਚ ਐਂ ਸਮਾਂ ਬੰਨਿਆ ਉਹਨਾਂ ਨੇ, ਘੰਟਾ ਕੁ ਪੂਰਾ, ਸਾਰੀ ਸੰਗਤ ਨੂੰ ਬਹੁਤ ਪਿਆਰ ਦੇ ਨਾਲ ਕਥਾ ਵੀ ਕੀਰਤਨ ਵੀ ਆਪਣੀਆਂ ਹਾਜ਼ਰੀਆਂ ਜਿਹੜੀਆਂ ਲਗਾਈਆਂ ਨੇ। ਦਿਲ ਕਰਦਾ ਸੀ ਲੱਗੇ ਰਹਿਣ, ਹੋਰ ਸ਼ਬਦ ਪੜ੍ਹਨ, ਹੋਰ ਸ਼ਬਦ ਪੜ੍ਹਨ। ਉਸ ਜਥੇ ਨੂੰ ਵੀ, ਜੀ ਆਇਆਂ ਨੂੰ ਬਹੁਤ ਸਮਾਂ ਬੰਨਿਆ। ਚੌਥਾ, ਗੁਰੂ ਕੀ ਸੰਗਤ ਅੱਜ ਦੇ ਸਮੇਂ ਦੀ ਜਿਹੜੀ ਨਾਲ ਥੋੜ੍ਹੀ ਥੋੜ੍ਹੀ ਲੋੜ ਹੈ ਕਿ ਮੋਬਾਈਲ ਦਾ ਯੁੱਗ ਆ ਗਿਆ, ਫੇਸਬੁੱਕ ਦਾ ਯੁੱਗ ਆ ਗਿਆ, ਯੂਟਿਊਬ ਦਾ ਯੁੱਗ ਆ ਗਿਆ, ਇੰਟਰਨੈਟ ਦਾ ਯੁੱਗ ਆ ਗਿਆ। ਇਹੋ ਜਿਹੇ ਯੁੱਗ ਵਿੱਚ ਹਰ ਬੱਚਾ ਆਪਣੇ ਘਰ ਆਪਣੇ ਆਪਣੇ ਮੋਬਾਈਲ ਲੈ ਕੇ ਮਸਤ ਹੈ। ਉਹਨਾਂ ਦੇ ਤੱਕ ਕੁਝ ਗੁਰ ਇਤਿਹਾਸ ਪਹੁੰਚ ਸਕੇ, ਗੁਰੂ ਦੀ ਗੱਲ ਪਹੁੰਚ ਸਕੇ, ਆਉਣ ਵਾਲੇ ਸਮੇਂ 'ਚ ਜਿਨ੍ਹਾਂ ਬੱਚਿਆਂ ਦੇ ਸਿਰ ਦੇ ਉੱਤੇ ਸਿੱਖੀ ਨੇ ਖੜਨਾ, ਗੱਜ ਕੇ ਆਖੋ ਸਤਨਾਮ। ਇਹ ਕੀਰਤਨ ਦਰਬਾਰਾਂ ਦਾ ਨਾਲ ਨਿਚੋੜ, ਇੱਕ ਤਾਂ ਇਹ ਬੀਬੀ ਕੌਲਾਂ ਜੀ ਸੇਵਾ ਸਿਮਰਨ ਸੁਸਾਇਟੀ ਨੇ ਤੁਹਾਡੀ ਜਲੰਧਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਗੁਰਮਤ ਲਿਖਤੀ ਪੇਪਰ ਰੱਖਿਆ ਗਿਆ ਸੀ, ਉਹਦੇ ਵਿੱਚ ਤਿੰਨ ਆਪਸ਼ਨਾਂ, ਉਹਦੇ ਵਿੱਚੋਂ ਫਿਰ ਬੱਚੇ ਨੇ ਸਾਰਾ ਉਹ ਗੁਰਮਤ ਲਿਖਤੀ ਪੇਪਰ, ਜਿਵੇਂ ਭਾਈ ਗਗਨਜੋਤ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ, 545 ਬੱਚਿਆਂ ਨੇ ਭਾਗ ਲਿਆ ਅਤੇ ਮਨ 'ਚ ਇਹੀ ਸੀ ਵੀ 10 ਕੁ ਫਸਟ ਆਉਣਗੇ, 10 ਕੁ ਸੈਕਿੰਡ, 10 ਕੁ ਥਰਡ। ਦੋ ਗਰੁੱਪ ਸੀ, 9 ਤੋਂ 12 ਸਾਲ ਦਾ ਵੱਖਰਾ ਗਰੁੱਪ ਸੀ, ਉਹਨੂੰ ਏ ਗਰੁੱਪ ਕਿਹਾ ਗਿਆ, 13 ਤੋਂ 16 ਜਾਂ 17 ਸਾਲ ਤੱਕ ਦਾ ਗਰੁੱਪ ਸੀ ਬੀ। ਅਸੀਂ ਇਹੀ ਸੋਚਿਆ ਸੀ ਵੀ ਦੋਵਾਂ ਗਰੁੱਪਾਂ 'ਚ ਟੋਟਲ 10-12 ਬੱਚੇ ਫਸਟ, 10-12 ਬੱਚੇ ਸੈਕਿੰਡ, 10-12 ਬੱਚੇ ਥਰਡ। ਪਰ ਸਤਿਗੁਰਾਂ ਨੇ ਇਹੋ ਜਿਹੀ ਬੱਚਿਆਂ ਦੇ ਉੱਤੇ ਕਿਰਪਾ ਕੀਤੀ ਹੈ, ਇਹ ਹੁਣ ਸਿਰਫ ਏ ਗਰੁੱਪ ਦੇ ਬੱਚੇ ਹੀ ਆਏ ਨੇ ਸਟੇਜ 'ਤੇ, ਬੀ ਨੂੰ ਅਸੀਂ ਅਜੇ ਬਾਅਦ 'ਚ ਲੈਣਾ। ਏ ਗਰੁੱਪ ਦੇ 31 ਬੱਚੇ ਫਸਟ ਆ ਗਏ ਆ ਜੀ, 31 ਬੱਚੇ। ਅਤੇ ਏ ਗਰੁੱਪ ਦੇ 52 ਬੱਚੇ ਸੈਕਿੰਡ ਆ ਗਏ ਆ, 27 ਬੱਚੇ ਥਰਡ ਆ ਗਏ ਆ। ਇੱਕ ਜਕਾਰਾ ਦੇ ਦਿਓ ਤਿੰਨਾਂ ਪੁਜੀਸ਼ਨਾਂ ਦਾ ਜੀ, ਸਾਰਾ ਜੀ ਸ਼ਾਬਾਸ਼ ਜੀ। ਇਹ ਬਹੁਤ ਐਕਤਾਂ ਸਕੂਲਾਂ ਦੀਆਂ ਟੀਚਰਾਂ ਲਾ ਕੇ, ਭਾਈ ਗਗਨਜੋਤ ਸਿੰਘ ਜੀ, ਪਰੂਥੀ ਜੀ, ਇਹਨਾਂ ਦੀਆਂ ਹੋਰ ਸਾਰੀਆਂ ਬਾਹਾਂ ਅਤੇ ਯਤਨ ਕੀਤਾ ਬਈ। ਇਹੋ ਜਿਹਾ ਭੈ ਵਾਲਾ ਕੰਮ ਹੈ, ਕਿਸੇ ਬੱਚੇ ਨਾਲ ਨਜਾਇਜ਼ ਨਾ ਹੋਵੇ। ਉਹ ਫਿਰ ਨੰਬਰਾਂ ਮੁਤਾਬਕ ਇਹ ਪੁਜੀਸ਼ਨ ਆਈਆਂ। ਹੁਣ ਸਮੇਂ ਨੂੰ ਬਚਾਉਂਦੇ ਹੋਏ ਦਾਸ ਨਾ ਬੋਲੀ ਜਾਏਗਾ ਬੱਚਿਓ, ਜਿਹੜੇ ਫਸਟ ਬੱਚੇ ਆਏ ਨੇ ਉਹਨਾਂ ਦੇ ਹਾਂ ਟੈਗ ਲੱਗੇ ਨੇ, ਉਸ ਮੁਤਾਬਕ ਆਪ ਜੀ ਨੇ ਕਿਰਪਾ ਕਰਨੀ ਹੈ। ਮਹਿਕਪ੍ਰੀਤ ਕੌਰ ਨਰਿੰਦਰ ਸਿੰਘ ਜੀ ਦੀ ਬੇਟੀ, ਇਹ ਸਾਰੇ ਨਾ ਖੜੇ ਕਰੀ ਜਾਣੇ ਪਹਿਲੇ। ਜੋਤਪ੍ਰੀਤ ਕੌਰ ਪਰਮਿੰਦਰ ਸਿੰਘ ਜੀ ਦੀ ਬੇਟੀ, ਤਰਨਦੀਪ ਕੌਰ ਹਰਚ
चरण सिंह जी की बेटी, पहले खड़े करी चलो, प्रभनूर सिंह इकबाल सिंह जी का बेटा, जसलीन कौर हरमनजीत सिंह जी की बेटी, हरगुण कौर मधुसूदन सिंह जी की बेटी, शालनी राम प्रसाद उन्हां दी बेटी, अर्शप्रीत कौर कमलजीत सिंह जी की बेटी, भूमिका राजकुमार जी की बेटी। वेखो हिंदू धर्म नाल संबंधित बच्चों ने भी पेपर दिता है, बहुत बधाइयां निहाल शाबाश। ते सुखमनप्रीत कौर कमलजीत सिंह जी की बेटी, जशनदीप कौर अमनदीप सिंह जी की बेटी, गुरनूर कौर हरजीत सिंह जी की बेटी। ये इन्ने क नाम बोले ने, बाकी अजे उत्थे रहो, जिन्हां दे नाम बोले ओ आजो। ये बच्चे ए ग्रुप दे ने जी जेड़े फस्ट आए ने, और आप संगत जेड़ा दसवंत देंदी है जे इन्हां बच्चियां नू हले टैची, ये टैची दिते जा रहे ने, जेड़े प्रबंधक मड़े मगर खड़े है, हर बच्चे नू एक एक टैची। बच्चे वेख लो टैची वड्डा तुसी छोटे हो, अगले बच्चों की फोटो ले लो, पहले एक जगारा दे दो संगत जी, शाबाश। सौ निहाल ये चिट्टा ले ली है, इधरों भी उतार दी, मगर जिधर भी जाना हूं सीधे मम्मी पापा को जाना। ते अद्धा पौना घंटा दास ने हाजरी लानी है, टैची लैके घर ना चल जाओ, कीर्तन सुन के जाना। आ बाकी बच्चे जे मगर लेना जान, जिन्हां दी फोटो लेनी। फोटो सब दी ले जाओ भाई। बोले सौ निहाल। हां जी बहुत बधाइयां बेटा, आप जी फर्स्ट आए हो, बहुत मुबारक। होर बच्चे जेडे फस्ट ने, किरणदीप कौर हरप्रीत सिंह जी की बेटी, गुरनूर कौर शायद आ चुकी है अजीत सिंह की बेटी, हिमांशु अनिल कुमार जी का बेटा, जसप्रीत सिंह अमरजीत सिंह जी का बेटा, प्रदीप सिंह बलदेव सिंह जी का बेटा, परमजीत कौर पलविंदर सिंह जी की बेटी, अरमान अरुण जी का बेटा, प्रभगुण सिंह पवनीत सिंह का बेटा, रमनजोत कौर सतनाम सिंह जी की बेटी, भवनीत कौर कुलजिंदर सिंह जी की बेटी, तरनप्रीत सिंह अमरजीत सिंह का बेटा। आ गए जी, लियाओ टैची लियाओ, वो फिर फोटो आ जाएगी ना सारे की, फड़ाई चलो सारे फड़ाई। स्कूलों च छुट्टियां, नानके जाने वास्ते टैची है, ते ए सारे बच्चों ने जपजी साहब ना जुड़ना, बाणी ना जुड़ना, अज ये सारी संगत का दसवंद है, संगत का प्यार है। संगत जी जकारा दे दियो प्यार ना, फोटो ले लो भाई, फोटो की किरस ना करो। फेसबुक ते भी लाइव जा रहा है, आ जाओ बच्चे सारे, बहुत बहुत बधाइया। नवनीत कौर गुरविंदर सिंह जी की बेटी,
तानिया धर्मवीर सिंह जी की बेटी, अर्शजोत कौर हरप्रीत सिंह जी की बेटी, लवलीन सिंह मुख्तियार सिंह जी का बेटा, भुपिंदर सिंह अमर सिंह अमरजीत सिंह जी का बेटा, गुरवंश सिंह गुरजीत सिंह जी का बेटा, गुरबाणी कौर राजवीर सिंह जी की बेटी, मान्या सुरेश जी का बच्चा है या बच्ची है, तानिया मेहता राजीव मेहता जी की बेटी। ए सारे बच्चों नूं लिओ टैची जी, ये सारे फस्ट बच्चों के नाम बोले गए ने। जिहड़े पांच सत्त बच्चे गैर हाजिर ने वह बाद विच गगनजोत सिंह उन्हां दी टीम उन्हां पासों प्राप्त कर। शाबाश। हो गए जी बच्चे सारे, देख लो टैची सारे ने हाथ आ गए। हुण फोटो लै लो भाई। सारी संगती रूप जगारा दे दियो जी, संगत शाबाश। वीडियो वाले नाल संगत दे सीन भी लई जाण। किड्डा प्यार भरिया इकट्ठ असीसां दे रहा आप जी नूं। ये हुण सारे बच्चिया ने इधर मेरे वाल वेखो, फस्ट जपजी साहब रोज करनी है। गुड़िया तू नहीं देख रही, जपजी साहब रोज पढ़ना पाठ, हौली हौली दो करने, फिर चुपई साहब उधर भी जुड़ना है। बोले सो निहाल। ठीक है जी, हुण जेड़े बच्चे सैकंड आए ने जी 52, उन्होंने नाम बोले जा रहे ने। वो बच्चे लाइन बना के आई जाओ। सहजप्रीत कौर गुरदीप सिंह जी की बेटी, सतबीर सिंह सतपाल सिंह जी का बेटा, 40 नंबर 40 रोल नंबर। हाँ कोई नहीं। सुहमीत कौर सतनाम सिंह जी की बेटी, 304 रोल नंबर। रिशमप्रीत कौर इकबाल सिंह जी की बेटी, 11 रोल नंबर। मोहन दलजीत सिंह जी का बेटा, 18 रोल नंबर। जपलीन कौर सुखवीर सिंह जी की बेटी, 278 रोल नंबर। जसकरण कौर हरदीप सिंह जी की बेटी, 203 रोल नंबर। जसप्रीत कौर सतपाल सिंह जी की बेटी, हरसीरत कौर जगराज सिंह जी की बेटी, गुरलीन कौर हरजिंदर सिंह जी की बेटी, अचनप्रीत सिंह तरसेम सिंह जी का बेटा, हरमन परविंदर सिंह जी उन्हों का बेटा। आओ जिन्हों के नाम बोले आ जाओ। हाँ लियाओ रैबर कूलर है जी, दो सारे दे। हा गर्मी के मौसम मुताबक चीज संगत ने चुनी है। सैकंड बच्चों रैबर कूलर दिता जा रहा प्यार नाल। ते जेड़े बच्चे सैकंड आए ने रैबर कूलर प्राप्त कर रहे हैं। सारे बच्चे मेरे वाल वेखियो, जपजी साहब रोज करना पाठ, एक एक दो दो चौपई साहब अगो रहराज साहब सिखनी है, जेड़े सिखे ने होर अगलिया बाणिया। यह सारी संगत सीस दो जी इन्होंने बच्चों। शाबाश सोनिहाल, बधाइया। आ जाओ सारे बच्चे इधरों जी। अजय सैकंड बच्चे होर, करणवीर सिंह सुखविंदर सिंह जी का बेटा, गुरविंदर सिंह राम मुख सिंह जी का बेटा, सृष्टि नारंग हरीश कुमार जी उन्हों का बेटा, प्रभजीत सिंह सतपाल सिंह जी का बेटा, संजनी राम सहारे जी की बेटी, रवनीत कौर अरजिंदर सिंह जी का बेटी, दविंदर सिंह सुरजीत सिंह जी का बेटा, तनिश भावनश उन्हों का बेटी है, 88 रोल नंबर। हरप्रीत कौर गुलजार सिंह जी की बेटी, 47 रोल नंबर। अरमानप्रीत सिंह अमनदीप सिंह जी का बेटा, 375 रोल नंबर। दमनप्रीत कौर चरणजीत सिंह जी की बेटी, 234 रोल नंबर। आ जाओ गुरकृपाल सिंह गुरभजन सिंह जी का बेटा, एक और बोल दिए दो
ਰਾਘਵ ਸਿੰਧੂ, ਰਾਘਵ ਸਿੱਧੂ ਮਨਜੀਤ ਸਿੱਧੂ ਦਾ ਬੇਟਾ ਹੈ। ਵਾਹ ਵਾਹ ਹੋ ਗਏ ਜੀ। ਇਹ ਹੁਣ ਸੰਗਤ ਸੀਸ ਦਿਓ ਸਾਰੇ ਬੱਚਿਆਂ ਨੂੰ ਜੀ, ਇਹਨੂੰ ਟਿਕਾਣੇ ਲੈ ਆਓ, ਫੋਟੋ ਆ ਜਾਏ ਸਾਰਿਆਂ ਦੀ, ਆਪਣੀ ਨੀ ਬੱਚਿਆਂ ਦੀ ਆਵੇ। ਇਹ ਸਾਰਾ ਮੀਡੀਆ ਇਹਨੂੰ ਘਰ ਘਰ ਭੇਜੋ, ਵਰਲਡ ਤੇ ਭੇਜੋ, ਇੱਕ ਉਤਸ਼ਾਹ ਬਣੇ, ਇੱਕ ਲਹਿਰ ਬਣ ਜੇ। 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਬੱਚਿਓ ਵਧਾਈਆਂ। ਤੁਸੀਂ ਸਾਰਿਆਂ ਨੇ ਜਪਜੀ ਸਾਹਿਬ, ਚਪਈ ਸਾਹਿਬ ਬੰਦਗੀ ਨਾਲ ਜੁੜੇ ਰਹਿਣਾ, ਰੋਜ਼ ਪਾਠ ਕਰਨਾ, ਠੀਕ ਹੈ। ਬਹੁਤ ਵਧਾਈਆਂ, ਸੈਕਿੰਡ ਆਏ ਆਪ ਜੀ, ਵਧਾਈਆਂ। ਆ ਜਾਓ ਰਾਘਵ ਸਿੱਧੂ, ਮਨਜੀਤ ਸਿੱਧੂ ਜੀ ਦਾ ਬੇਟਾ, ਇੰਦਰਵੀਰ ਸਿੰਘ, ਪਰਮਜੀਤ ਸਿੰਘ ਜੀ ਦਾ ਬੇਟਾ, ਨਵਦੀਪ ਕੌਰ, ਹਜੂਰ ਸਿੰਘ ਜੀ ਦੀ ਬੇਟੀ, ਜਸਕਰਨ, ਹਰਦੀਪ ਸਿੰਘ ਜੀ ਦੀ ਬੇਟੀ, 169 ਰੋਲ ਨੰਬਰ, ਮੇਹਰ ਨੂਰ ਸਿੰਘ, ਨਿਰਮਲਜੀਤ ਉਹਨਾਂ ਦਾ ਬੇਟਾ, ਰਮਨਦੀਪ ਕੌਰ, ਸਤਪਾਲ ਸਿੰਘ ਜੀ ਦੀ ਬੇਟੀ, ਰੇਣੂਕਾ, ਅਭੈ ਕੁਮਾਰ ਜੀ ਦੀ ਬੇਟੀ, ਪ੍ਰਭਜੋਤ ਸਿੰਘ, ਰਾਜ ਸਿੰਘ ਜੀ ਦਾ ਬੇਟਾ, ਮਨਰਾਜ ਕੌਰ, ਜਗਦੀਪ ਸਿੰਘ ਜੀ ਦੀ ਬੇਟੀ, ਨਿਖਿਲ, ਰਮੇਸ਼ ਕੁਮਾਰ ਜੀ ਦੀ ਬੇਟੀ, ਜਸਮੀਨ ਕੌਰ, ਗੁਰਮੀਤ ਸਿੰਘ ਜੀ ਦੀ ਬੇਟੀ, ਤੇਜਨੂਰ ਸਿੰਘ, ਅਮਰਜੀਤ ਸਿੰਘ ਜੀ ਦਾ ਬੇਟਾ, ਰੂਬੀ, ਕਮਲਜੀਤ ਉਹਨਾਂ ਦੀ ਬੇਟੀ, ਰੋਲ ਨੰਬਰ 256, ਕਨਿਕਾ, ਕਮਲ ਕੁਮਾਰ ਉਹਨਾਂ ਦੀ ਬੇਟੀ, 253 ਰੋਲ ਨੰਬਰ, ਦਿਲਪ੍ਰੀਤ ਕੌਰ, ਗੁਰਸ਼ਰਨ ਸਿੰਘ ਜੀ ਦੀ ਬੇਟੀ, ਨਵਜੋਤ ਸਿੰਘ, ਗੁਰਵਿੰਦਰ ਸਿੰਘ ਜੀ ਦਾ ਬੇਟਾ, 3 ਰੋਲ ਨੰਬਰ ਹੋ ਗਏ। ਲਿਆਓ ਜੀ, ਬੱਚੇ ਨੂੰ ਦਿਓ। ਸ਼ਾਬਾਸ਼ ਸ਼ਾਬਾਸ਼, ਉਹ ਚਿੱਟਾਂ ਲੈ ਲਈ, ਉਹ ਬੱਚਿਆਂ ਨੂੰ ਮਿਲੇ ਨਹੀਂ, ਇਹ ਬੱਚੇ ਆ ਗਏ, ਮਿਲ ਗਿਆ ਇਹਨਾਂ ਨੂੰ, ਮਿਲ ਗਿਆ। ਇੱਕ ਜਕਾਰਾ ਦਿਓ ਜੀ ਸੰਗਤ ਜੀ ਇਹਨਾਂ ਬੱਚਿਆਂ ਲਈ। ਸੋ ਨਿਹਾਲ, ਇਹ ਸਾਰੇ ਬੱਚਿਆਂ ਨੇ ਰੋਜ਼ ਜਪਜੀ ਸਾਹਿਬ ਦਾ ਪਾਠ ਕਰਨਾ, ਇੱਧਰ ਵੇਖੋ ਸਾਰੇ ਬੱਚੇ, ਚੁਪਈ ਸਾਹਿਬ ਦਾ ਪਾਠ ਕਰਨਾ, ਹੌਲੀ ਹੌਲੀ ਰਾਜ ਸਾਹਿਬ ਸਿੱਖਣੀ ਹੈ, ਗੁਰੂ ਦੇ ਲੜ ਲੱਗੇ ਰਹਿਣਾ। ਅੱਜ ਕਿੰਨੀ ਸੰਗਤ ਵਿੱਚ ਆਪ ਜੀ ਦਾ ਸਤਿਕਾਰ ਹੋ ਰਿਹਾ, ਤੁਸੀਂ ਗੁਰਮਤ ਲਿਖਤੀ ਪੇਪਰ 'ਚ ਸੈਕਿੰਡ ਆਏ ਹੋ, ਇਤਿਹਾਸ ਦੇ ਵਿੱਚ ਤੁਸੀਂ ਬਹੁਤ ਡੂੰਘੀਆਂ ਗੱਲਾਂ ਦੇ ਜਵਾਬ ਦਿੱਤੇ ਨੇ, ਧੰਨਵਾਦ ਜੀ ਆਇਆਂ ਨੂੰ, ਸਾਰੇ ਬੱਚਿਆਂ ਨੂੰ ਵਧਾਈਆਂ। ਆ ਜਾਓ ਪਿਆਰ ਦੇ ਨਾਲ, ਅਗਲੇ ਜਿਹੜੇ ਬੱਚੇ ਅਜੇ ਸੈਕਿੰਡ ਰਹਿੰਦੇ ਨੇ, ਗੁਰਪ੍ਰੀਤ ਸਿੰਘ, ਲੈ ਲਓ ਫੋਟੋ, ਲੈ ਲਓ, ਗੁਰਪ੍ਰੀਤ ਸਿੰਘ, ਇੰਦਰਪਾਲ ਸਿੰਘ ਜੀ ਦਾ ਬੇਟਾ, ਪ੍ਰਭਨੂਰ ਸਿੰਘ, ਜਗਮੋਹਨ ਸਿੰਘ ਜੀ ਦਾ ਬੇਟਾ, ਅੰਤਰਪ੍ਰੀਤ ਸਿੰਘ, ਬਿੰਦਰਜੀਤ ਸਿੰਘ ਜੀ ਦਾ ਬੇਟਾ, ਸਹਿਜਪ੍ਰੀਤ ਕੌਰ, ਪਰੂਰਪ੍ਰੀਤ ਸਿੰਘ ਜੀ ਦੀ ਬੇਟੀ, ਨਵਜੋਤ ਸਿੰਘ, ਇੰਦਰਪਾਲ ਸਿੰਘ ਜੀ ਦਾ ਬੇਟਾ, ਸ਼ਰਨਜੀਤ ਕੌਰ, ਪ੍ਰਜੀਤ ਸਿੰਘ ਜੀ ਦੀ ਬੇਟੀ, ਮਹਿਕਪ੍ਰੀਤ ਕੌਰ, ਗੁਰਪ੍ਰੀਤ ਸਿੰਘ ਜੀ ਦੀ ਬੇਟੀ, ਜਸਮੀਤ, ਅਮਰਜੀਤ ਸਿੰਘ ਜੀ ਦੀ ਬੇਟੀ, ਨਵਕੀਰਤ, ਇੰਦਰਪ੍ਰੀਤ ਸਿੰਘ ਜੀ ਦਾ ਬੇਟੀ, 168 ਰੋਲ ਨੰਬਰ, ਗੁਰਲੀਨ ਕੌਰ, ਹਰਪ੍ਰੀਤ ਸਿੰਘ ਜੀ ਦੀ ਬੇਟੀ, ਅੰਸ਼ਪ੍ਰੀਤ ਕੌਰ, ਗੁਰਦੀਪ ਸਿੰਘ ਜੀ ਦੀ ਬੇਟੀ, ਯੁਵਰਾਜ ਸਿੰਘ, ਦਵਿੰਦਰ ਸਿੰਘ ਜੀ ਦਾ ਬੇਟਾ। ਇਹ ਸਾਰੇ ਬੱਚੇ ਸੈਕਿੰਡ ਅਜੇ ਚੱਲ ਰਹੇ ਨੇ, ਆ ਜਾਓ ਪਿਆਰ ਨਾਲ। ਸੈਕਿੰਡ ਪੂਰੇ ਹੋ ਗਏ ਜੀ, ਹਾਂ ਲਿਆਓ ਲਿਆਓ, ਅੱਗੇ ਲਿਆਓ, ਨਹੀਂ ਤਾਂ ਦੂਜੀ ਫੋਟ ਲੈਣ 'ਚ ਫੋਟੋ ਲੈ ਦਿੰਦਾ। ਬਿਠਾ ਦਿਓ ਬਿਠਾ ਦਿਓ, ਨੀਡ ਆਨ ਹੋ ਜਾਓ। ਥੋੜ੍ਹੀ ਥੋੜ੍ਹੀ ਅੰਗਰੇਜ਼ੀ ਮੈਨੂੰ ਵੀ ਆਉਂਦੀ ਹੈ, ਹਾਂ ਨੀਡ ਆਨ ਹੋ ਜਾਓ, ਸ਼ਾਬਾਸ਼, ਸਕੂਲਾਂ 'ਚ ਬੋਲਣੀ ਪੈਂਦੀ ਜੀ। ਜੈਕਾਰਾ ਦਿਓ ਸੰਗਤ ਸਾਰੀ, ਸ਼ਾਬਾਸ਼ ਬੱਚਿਓ। ਹੁਣ ਰੋਜ਼
इधर देखो सारे रोज जपजी साहब पढ़नी रहराज साहब करनी ते होर नाल नाल अगलियां बाणियां भी अमृत दियां जड़ियां सारियां सिखणियां हौली हौली पाठ करके स्कूले जाना ठीक है पक्का दियो जकारा जी पक्का कहा इन्होंने हाँ शाबाश निहाल वधाइयां होगी फोटो जी आओ जी आ जाओ सारे बच्चे हुण गगनजोत सिंह जी सैकंड कंप्लीट हो गए हाँ दे दो एक बच्चे दे फादर आए ने बच्चे की थोड़ी तबीयत अपना नहीं ठीक एक उन्हां नूं प्यार दिता जा रहा है बच्चे का बोले सो निहाल जी आया ना जी कोई होर सैकंड तो नहीं रहिंदा एक मानिया एक तानिया मेहता दो एबसेंट हो गए हुण थर्ड ना बोलन लगे हैं जी सहजप्रीत कौर गुरदीप सिंह जी की बेटी हाँ जी आ थर्ड हुण बोलन लगे हैं दूजी लिस्ट शुरू हो गई प्रभ सिमरन सिंह कुलविंदर सिंह जी का बेटा प्रभलीन कौर दविंदरपाल सिंह जी की बेटी पवनीत कौर अमृतपाल सिंह जी की बेटी सुखदीप कौर सुखदीप कौर सजेंद्र सिंह जी की बेटी रणजीत सिंह विक्रमजीत सिंह जी का बेटा आई जो लाइन बनाई जसलीन कौर जोगा सिंह जी की बेटी अनमोलप्रीत सिंह जसवंत सिंह जी का बेटा गगन बलबीर कुमार जी का बेटा परनम भाटिया अमित भाटिया जी की बेटी 77 रोल नंबर आयुषी भाटिया अमित भाटिया जी की बेटी हरलीन कौर अमनदीप सिंह जी की बेटी हरलीन कौर आ जाओ भाई ये थर्ड वाले आ जाओ थर्ड वाले नूं लियो प्यार दियो शुरू करो थोड़ी जी पिछे हो जाओ बेटे आप थोड़ा ही बुलाया हो गए लिया दो थर्ड बच्चों ठंडे पानी की बोतल दिती जा रही है सारिया संगत प्यार बख्शो आगे पूरे हो गए एक जकारा दे दो थर्ड बच्चों का जी वाहिगुरु निहाल बहुत वधाइया बेटा हूँ भावें स्कूल ए पानी लैके जाना जपजी साहब रोज पढ़नी है बाणी रोज पढ़नी अज संगत ने प्यार दिता आप जी थर्ड आयो वधाइया आ जाओ सारे बच्चे आ जाओ आज जी सारे हरलीन कौर अमनदीप सिंह जी की बेटी अमनदीप सिंह अजय सिंह जी का बेटा रितिश रंजीत कुमार का बेटा जशनप्रीत सिंह बलविंदर सिंह जी का बेटा प्रभजोत सिंह हरजीत सिंह का बेटा एकजोत सिंह प्रदीप सिंह जी उन्हां दी बेटी गुरचेतन सिंह नरेंद्र सिंह जी का बेटा अर्शदीप सिंह जसविंदर सिंह जी का बेटा जसलीन सिलप्रीत कौर गुरनाम सिंह जी की बेटी नवराज सिंह दविंदर सिंह जी का बेटा गुरलीन कौर हरजीत सिंह जी की बेटी जसलीन कौर प्रकाश सिंह जी की बेटी गुनीत कौर माता हरशरण कौर जी की बेटी रुपिंदर कौर जसदीप सिंह जी की बेटी एनएसदीप जगप्रीत सिंह जी की बेटा ईशु अशोक कुमार जी का बेटा 175 रोल नंबर विपनप्रीत कौर इंद्रपाल सिंह जी की बेटी ये सारे बच्चे आ जाओ जी सारे थर्ड ना कंप्लीट हो गए हुण बी ग्रुप कीर्तन तो बाद होएगा ते हुण कीर्तन आरंभ होएगा आओ जी सारे दूजा ग्रुप होना ना नौ ग्रुप ए थी है ए जैसे की नाम है बोलो
ਸੰਜੋਤ ਸਿੰਘ ਗੋਬਿੰਦਪ੍ਰੀਤ ਸਿੰਘ ਗਗਨਜੋਤ ਸਿੰਘ ਜੀ ਦਾ ਬੇਟਾ ਜਿਹੜੇ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਤੁਹਾਡੀ ਸੀਸ ਹੈ ਉਹਨਾਂ ਦਾ ਆਪਣਾ ਬੱਚਾ ਵੀ ਥਰਡ ਆਇਆ ਇਹਨਾਂ ਸਾਰਿਆਂ ਬੱਚਿਆਂ ਨੂੰ ਸੀਸ ਦੇ ਦਿਓ ਜੀ ਜਕਾਰੇ ਦੁਆਰਾ ਸੋਨਿਹਾਲ ਇਹ ਬੱਚੇ ਦੀ ਬੋਤਲ ਅੱਛਾ ਫੋਟੋ ਆਈ ਬਹੁਤ ਵਧਾਈਆਂ ਇਹ ਗਰੁੱਪ ਦੇ ਬੱਚੇ ਜਿਹੜੇ ਫਸਟ ਸੈਕਿੰਡ ਥਰਡ ਆਏ ਨੇ ਹੁਣ ਬੀ ਗਰੁੱਪ ਦੇ ਬੱਚਿਆਂ ਨੂੰ ਅੱਧਾ ਪੌਣਾ ਘੰਟਾ ਦਾਸ ਹਾਜ਼ਰੀ ਲਾਣਗੇ ਉਸ ਤੋਂ ਬਾਅਦ ਬੀ ਗਰੁੱਪ ਦੇ ਬੱਚਿਆਂ ਨੂੰ ਸਾਰਾ ਸਤਿਕਾਰ ਮਾਣ ਦਿੱਤਾ ਜਾਏਗਾ ਸਾਰੀ ਉੱਧਰ ਹੋ ਗਏ ਤੁਹਾਡੇ ਸਟੇਜ 'ਤੇ ਰਹਿ ਤਾਂ ਨਹੀਂ ਗਿਆ ਕੋਈ ਸਟੇਜ 'ਤੇ ਹੋ ਗਿਆ ਨਾ ਹੁਣ ਪੜੋਸੀ ਜੀ ਨੂੰ ਬੇਨਤੀ ਕਰਾਂਗੇ ਹਾਂ ਇਹ ਸਾਰਾ ਬਾਹਰ ਕੈਂਪ ਵੀ ਲੱਗਾ ਬਲੱਡ ਦਾ ਉਹਦੇ ਬਾਰੇ ਵੀ ਅਨਾਊਂਸ ਕਰਨਗੇ ਅਤੇ ਜਿਹੜੇ ਬੱਚੇ ਬੀ ਗਰੁੱਪ ਦੇ ਨੇ 13 ਤੋਂ 16 ਸਾਲ ਦੇ ਉਹਨਾਂ ਦਾ ਹੁਣ ਕੀਰਤਨ ਤੋਂ ਬਾਅਦ ਆਨੰਦ ਸਾਹਿਬ ਤੋਂ ਪਹਿਲਾਂ ਉਹ ਸਾਰੀਆਂ ਮਗਰ ਟੀਚਰਾਂ ਰਿਜ਼ਲਟ ਤਿਆਰ ਕਰ ਰਹੀਆਂ ਨੇ ਉਹਨਾਂ ਦੇ ਸਾਰੇ ਲਾਏ ਜਾ ਰਹੇ ਨੇ ਬੈਚ ਇੱਕ ਵਾਰੀ ਦਾਸ ਦਾ ਮਨ ਕਰਦਾ ਇੱਧਰ ਸਾਜ਼ ਖੋਲੋ ਸਾਰੇ ਸਾਥੀ ਇਹ ਬੱਚਿਆਂ ਦੇ ਪ੍ਰੋਗਰਾਮ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ ਮਹਾਰਾਜ ਕਿਰਪਾ ਕਰਨ ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ ਬੋਲੋ ਪੰਥ ਆਹਾ ਵਾਹ ਵਾਹ ਓ ਜੀ ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ ਬੋਲੋ ਸ਼ਾਬਾਸ਼ ਬਹੁਤ ਵਧਾਈਆਂ ਅਰਦਾਸ ਕਰੋ ਬੱਚਾ ਬੱਚਾ ਨਾਮ 'ਚ ਰੰਗਿਆ ਜਾਵੇ ਔਰ ਇਹਨਾਂ ਬੱਚਿਆਂ ਲਈ ਬੇਨਤੀ ਕਰਿਓ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਹੁਣ ਪ੍ਰਿਥੀ ਜੀ ਅਗਲੀ ਸਟੇਜ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਨੇ ਬਹੁਤ ਪਿਆਰ ਨਾਲ ਸਭ ਨੂੰ ਜੀ ਆਇਆਂ ਨੂੰ ਫਤਿਹ ਢਿੱਲੀ ਨਾ ਬੁਲਾਇਓ ਟੈਚੀ ਲੈ ਕੇ ਘਰ ਨਾ ਜਾਇਓ ਰੈਬਰ ਕੂਲਰ ਲੈ ਕੇ ਪਾਣੀ ਦੀ ਬੋਤਲ ਵੇਖੋ ਸਾਰਾ ਸਮਾਨ ਛੁੱਟੀਆਂ ਮੁਤਾਬਕ ਦਿੱਤਾ ਤੁਹਾਨੂੰ ਗਰਮੀ ਮੁਤਾਬਕ ਛੁੱਟੀਆਂ ਮੁਤਾਬਕ ਸੰਗਤ ਨੇ ਸੰਗਤ ਦਾ ਦੁਸ਼ਮਣ ਦੇ ਅਤੇ ਕੀਰਤਨ ਬਹੁਤਾ ਲੰਬਾ ਸਮਾਂ ਨਹੀਂ ਹੋਣਾ ਥੋੜ੍ਹਾ ਜਿਹਾ ਸਮਾਂ ਫਿਰ ਆਨੰਦ ਸਾਹਿਬ ਤੋਂ ਪਹਿਲੇ ਜਿਹੜੇ ਬੱਚੇ 13 ਤੋਂ 16 ਸਾਲ ਦੀ ਉਮਰ ਦੇ ਉਹਨਾਂ ਦਾ ਸਤਿਕਾਰ ਮਾਣ ਫਤਿਹ ਗੱਜ ਕੇ ਬੁਲਾਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਦੇਖ ਰਹੇ ਸੋ ਕਿ ਜੋ ਇਹਨਾਂ ਸਮਾਗਮਾਂ ਦੀ ਇੱਕ ਕੜੀ ਕੱਲ੍ਹ ਗੁਰਮਤਿ ਲਿਖਤੀ ਪੇਪਰ ਹੋਏ ਸਨ ਉਸ ਦੇ ਵਿੱਚ ਜਿਹੜੇ ਬੱਚੇ ਕੁਛ ਫਸਟ ਸੈਕਿੰਡ ਥਰਡ ਆਏ ਲੇਕਿਨ ਭਾਈ ਸਾਹਿਬ ਦੀ ਪ੍ਰੇਰਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਫਾਈਨਲ ਕੀਤਾ ਗਿਆ ਕਿ ਜਿੰਨਿਆਂ ਬੱਚਿਆਂ ਨੇ ਪਾਰਟੀਸਪੇਟ ਕੀਤਾ ਸਾਰਿਆਂ ਨੂੰ ਹੀ ਸਨਮਾਨਿਤ ਕੀਤਾ ਜਾਵੇ ਇਹਨਾਂ ਸਟੇਜਾਂ 'ਤੇ ਇਹ 545 ਬੱਚਿਆਂ ਨੂੰ 5-7 ਬੱਚਿਆਂ ਨੂੰ ਇੱਥੇ ਇਨਾਮ ਦੇ ਕੇ ਬਾਕੀ 545 ਨੂੰ ਪਿੱਛੇ ਵੀ ਦਿੱਤੇ ਜਾ ਸਕਦੇ ਸੀਗੇ ਲੇਕਿਨ ਸਟੇਜ 'ਤੇ ਦੇਣ ਦਾ ਇੱਕ ਮਕਸਦ ਹੁੰਦਾ ਹੈ ਕਿ ਇਹਨਾਂ ਬੱਚਿਆਂ ਵੱਲ ਦੇਖ ਕੇ ਹੋਰ ਬੱਚੇ ਪ੍ਰੇਰਿਤ ਹੋਣ ਅੱਜ 545 ਨੇ ਕੱਲ੍ਹ 1545 ਬੱਚੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਪਰਸੋਂ ਹੋਰ ਜ਼ਿਆਦਾ ਬੱਚੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਸੋ ਸਤਿਗੁਰ ਰਹਿਮਤ ਕਰਨ ਅਜਿਹੇ ਸਮਾਗਮ ਚੱਲਦੇ ਰਹਿਣ ਅਸੀਂ ਆਉਣ ਵਾਲੀ ਪਨੀਰੀ ਨੂੰ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਸੀ ਕਿ ਅੱਜ ਦੀ ਜੋ ਜਨਰੇਸ਼ਨ ਹੈ ਸੋਸ਼ਲ ਮੀਡੀਆ ਔਰ ਟੀਵੀ ਦੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਲੋੜ ਹੈ ਇਹਨੂੰ ਬਚਾਉਣ ਦੀ ਗੁਰੂ ਸਾਹਿਬ ਦਾ ਵੋਟ ਆਸਰਾ ਲੈ ਕੇ ਜੋ ਅਜਿਹੇ ਕਾਰਜ ਹੁੰਦੇ ਹਨ ਅਜਿਹੇ ਕਾਰਜਾਂ ਨਾਲ ਹੀ ਅਸੀਂ ਆਪਣੀ ਪਨੀਰੀ ਨੂੰ ਆਉਣ ਵਾਲੀ ਪਨੀਰੀ ਨੂੰ ਆਪਣੇ ਇਤਿਹਾਸ ਨੂੰ ਸਾਂਭ ਸਕਦੇ ਹਾਂ ਜੋ ਇਹ ਸਮਾਗਮ ਆਪ ਜੀ ਆਨੰਦ ਮਾਣ ਰਹੇ ਹੋ ਇਹਨਾਂ ਦਾ ਸਿੱਧਾ ਪ੍ਰਸਾਰਣ ਅੰਮ੍ਰਿਤਧਾਰਾ TV.com ਜੋ ਨਾਲੋ ਨਾਲ ਚੱਲ ਰਿਹਾ ਹੈ ਯੂਟਿਊਬ 'ਤੇ ਵੀ ਸਬਸਕ੍ਰਾਈਬ ਹੈ ਚੈਨਲ ਉੱਥੇ ਚੱਲ ਰਿਹਾ ਹੈ ਔਰ ਇਹਦਾ ਮੁੜ ਪ੍ਰਸਾਰਣ ਜੋ ਫਾਸਟਵੇ 'ਤੇ
405 नंबर चैनल ते MTX माल्टोन एक्सटेंशन लुधियाने का चैनल है, गुरबाणी कीर्तन आंदा है उत्थों। 18 जून 18/6/2017 ऐतवार, अगले ऐतवार जो आ रहा है शामी 3 बजे तो लैके 3:30 बजे तक इन समागम का फास्टवे चैनल 405 से मुड़ प्रसारण होएगा। जो संगत हूँ इतने देख रही आनंद माणियो, इन्हों का एक बार वर्ल्ड ब्लड डोनर डे मुख रखते हुए जो बार सहारा सेवा समिति रजिस्टर्ड वालों आसरा NGO है उन्हां वालों बार ब्लड डोनेशन कैंप लगाया गया है। यह भी मानवता की भलाई का काम है, जो ब्लड डोनेट करना चाहते हो अपना बार ब्लड डोनेट कर सकते हैं। भाई साहब भाई गुरिकपाल सिंह जी की जिन्हां की प्रेरणा सदका ये सारे समागम हर साल सफलता सहित गुरु साहब की कृपा से आप जिहियां संगतां दे सहयोग दे नाल नेपरे चाढ़े जाते हैं, सुशोभित हो चुके हैं। मैं बहुत ही देर संगतां ते भाई साहब के विचकार रुकावट नहीं बनागा, कीर्तन की प्रारंभता कर रहे हैं। कीर्तन की समाप्ति तो बाद जिस तरह भाई साहब ने दसिया कि जो बी ग्रुप के बच्चे पार्टिसिपेंट और विनर बच्चे हैं उन्होंने सन्मानित किया जाएगा। बड़े प्यार नाल कीर्तन सरवण करो। वाहेगुरु जी का खालसा वाहेगुरु जी की फतेह। एक बेनती, एक कार PB08AW1541 AW1541 जिन्होंने पार्क की, किसी के घर के अगे पार्क कर दी और रुकावट बनी हुई है, बेनती है कि वह कार उतों रिमूव कर दी जाए। PB08AW1541 वाहेगुरु जी का खालसा वाहेगुरु जी की फतेह।